ਸਾਡਾ ਮਕਸਦ ਆ ਵੀ ਜਿਹੜਾ ਆਈਡੀਆਂ ਤੇ ਉਹਨਾਂ ਨੇ ਗੰਦ ਪਾਇਆ ਜਾਂ YouTube ਤੇ ਜਾਂ Instagram ਤੇ ਜਾਂ Snapchat ਤੇ ਅਸੀਂ ਉਹ ਸਾਰਾ ਕੁਝ ਡਿਲੀਟ ਕਰਾਉਣਾ ਠੀਕ ਹੈ ਜੇ ਉਹਨੇ ਸਿਰ ਤੇ ਪੱਗ ਰੱਖਣੀ ਆ ਤੇ ਜੇ ਨਹੀਂ ਰੱਖਣੀ ਸਾਡੇ ਲੋ ਭਾਵੇਂ ਪੁਲਿਸ ਪ੍ਰਸ਼ਾਸਨ ਸਾਰਾ ਸੱਦ ਲੇ ਤੇ ਸਾਰਿਆਂ ਦੇ ਸੱਦ ਕੇ ਵਿੱਚ ਸਾਡੇ ਨਾਲ ਗੱਲ ਕਰ ਲੇ ਵੀ ਮੈਂ ਭਾਈ ਗੰਦ ਪਾਉਣਾ ਤੇ ਅਸੀਂ ਕਵਾਂਗੇ ਭਾਈ ਫੇ ਪੱਗ ਸਾਡੀ ਮੋੜ ਦੇ ਸਾਡੇ ਲੋ ਨੰਗਾ ਹੋ ਕੇ ਨੱਚ ਸਾਨੂੰ ਕੋਈ ਮਤਲਬ ਨਹੀਂ ਤੇਰੇ ਨਾਲ ਠੀਕ ਹੈ ਪਰ ਜੇ ਸਿਰ ਤੇ ਪੱਗ ਰੱਖ ਕੇ ਗੰਦ ਪਾਇਆ ਅਸੀਂ ਥਾਣੇ 'ਚ ਖਲੋ ਕੇ ਗੱਲ ਕਹਿ ਰਹੇ ਅਸੀਂ ਅੰਦਰੋਂ ਧੂ ਲੈਣਾ ਕਿੰਨੇ ਦੇ ਲੁਕੂਗਾ ਕੁੱਲੜ ਪੀਜ਼ਾ ਕਪਲ ਇੱਕ ਵਾਰ ਫੇਰ ਵਿਵਾਦਾਂ ਦੇ ਵਿੱਚ ਹੈ ਤੇ ਇਸ ਵਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਕੁੱਲੜ ਪੀਜ਼ਾ ਵਾਲਿਆਂ ਨੂੰ ਸਿੱਧੀ ਧਮਕੀ ਦੇ ਦਿੱਤੀ ਗਈ ਹੈ ਕਿ ਜੇ ਸਹਿਜ ਅਰੋੜਾ ਨੇ ਨੈੱਟ ਤੇ ਵੀਡੀਓਜ਼ ਪਾਉਣੀਆਂ ਨੇ ਤਾਂ ਉਹ ਪੱਗ ਨਾ ਬੰਨੇ ਕਿਉਂਕਿ ਇਸ ਦੇ ਨਾਲ ਕੌਮ ਦੀ ਬਦਨਾਮੀ ਹੁੰਦੀ ਹੈ ਦੱਸ ਦਈਏ ਕਿ ਕਾਫੀ ਹੰਗਾਮਾ ਵੀ ਹੋਇਆ ਜਲੰਧਰ ਦੇ ਵਿੱਚ ਕੁੱਲੜ ਪੀਜ਼ਾ ਵਾਲਿਆਂ ਦੇ ਨਾਲ ਨਿਹੰਗ ਸਿੰਘ ਪਹੁੰਚੇ ਸੀ ਤੇ ਉਹਨਾਂ ਨੇ ਸਿੱਧੀ ਵਾਰਨਿੰਗ ਦਿੱਤੀ ਹੈ ਕਿ ਸਾਡੀ ਕੌਮ ਤੋਂ ਇਹ ਬਦਨਾਮੀ ਨਹੀਂ ਦੇਖੀ ਜਾਂਦੀ ਤੇ ਜੇਕਰ ਤੂੰ ਇਹ ਵੀਡੀਓਜ਼ ਪਾਉਣੀਆਂ ਨੇ ਤਾਂ ਪੱਗ ਨਾ ਬੰਨ ਸਹਿਜ ਅਰੋੜਾ ਨੂੰ ਇਹ ਗੱਲ ਆਖ ਦਿੱਤੀ ਹੈ ਨਿਹੰਗ ਸਿੰਘਾਂ ਦੇ ਵੱਲੋਂ ਸਿੱਧੀ ਧਮਕੀ ਦਿੱਤੀ ਗਈ ਹੈ ਸਹਿਜ ਅਰੋੜਾ ਨੂੰ ਤੇ ਇਹ ਵੀ ਕਿਹਾ ਗਿਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਹੀਂ ਮੰਨੇਗਾ ਤਾਂ ਉਸ ਦੇ ਲਈ ਉਹ ਸਮਾਂ ਕਾਫੀ ਖਰਾਬ ਹੋਵੇਗਾ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਚਾਹੇ ਸਾਡੇ ਤੇ ਕੋਈ ਪਰਚਾ ਕਰਵਾਵੇ ਨਿਹੰਗ ਸਿੰਘਾਂ ਨੇ ਇਹ ਵੀ ਕਿਹਾ ਕਿ ਅਸੀਂ ਪੁਲਿਸ ਨੂੰ ਵੀ ਇਸ ਸੰਬੰਧੀ ਕੰਪਲੇਂਟ ਦਿੱਤੀ ਹੈ ਜੇਕਰ ਪੁਲਿਸ ਕਾਰਵਾਈ ਕਰਦੀ ਹੈ ਤਾਂ ਠੀਕ ਹੈ ਨਹੀਂ ਤਾਂ ਬਾਅਦ ਦੇ ਵਿੱਚ ਅਸੀਂ ਦੁਬਾਰਾ ਤੋਂ ਕੁੱਲੜ ਪੀਜ਼ਾ ਕਪਲ ਦੀ ਦੁਕਾਨ ਤੇ ਆਵਾਂਗੇ ਤੇ ਉਸ ਦਿਨ ਕੁਝ ਵੱਡਾ ਹੋਵੇਗਾ ਤਾਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਕੁੱਲੜ ਪੀਜ਼ਾ ਕਪਲ ਵਾਲਿਆਂ ਕੋਲ ਤੇ ਉਹਨਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਸਿੱਧੀ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਇਹ ਵੀਡੀਓਜ਼ ਨਾ ਪਾਓ ਅਤੇ ਜੇਕਰ ਤੁਸੀਂ ਇਹ ਵੀਡੀਓਜ਼ ਪਾਉਣੀਆਂ ਨੇ ਤਾਂ ਸਹਿਜ ਅਰੋੜਾ ਪੱਗ ਨਾ ਬੰਨੇ ਭਾਈ ਵੇਖੋ ਵਾਰ ਵਾਰ ਆਪਾਂ ਇੱਕੋ ਸਵਾਲ ਦਾ ਜਵਾਬ ਦਿੰਦੇ ਚੰਗੇ ਨਹੀਂ ਲੱਗਦੇ ਸਾਡਾ ਮਕਸਦ ਆ ਵੀ ਜਿਹੜਾ ਆਈਡੀਆਂ ਤੇ ਉਹਨਾਂ ਨੇ ਗੰਦ ਪਾਇਆ ਜਾਂ YouTube ਤੇ ਜਾਂ Instagram ਤੇ ਜਾਂ Snapchat ਤੇ ਅਸੀਂ ਉਹ ਸਾਰਾ ਕੁਝ ਡਿਲੀਟ ਕਰਾਉਣਾ ਠੀਕ ਹੈ ਜੇ ਉਹਨੇ ਸਿਰ ਤੇ ਪੱਗ ਰੱਖਣੀ ਆ ਤੇ ਜੇ ਨਹੀਂ ਰੱਖਣੀ ਸਾਡੇ ਲੋ ਭਾਵੇਂ ਪੁਲਿਸ ਪ੍ਰਸ਼ਾਸਨ ਸਾਰਾ ਸੱਦ ਲੇ ਤੇ ਸਾਰਿਆਂ ਦੇ ਸੱਦ ਕੇ ਵਿੱਚ ਸਾਡੇ ਨਾਲ ਗੱਲ ਕਰ ਲੇ ਵੀ ਮੈਂ ਭਾਈ ਗੰਦ ਪਾਉਣਾ ਤੇ ਅਸੀਂ ਕਵਾਂਗੇ ਭਾਈ ਫੇ ਪੱਗ ਸਾਡੀ ਮੋੜ ਦੇ ਸਾਡੇ ਲੋ ਨੰਗਾ ਹੋ ਕੇ ਨੱਚ ਸਾਨੂੰ ਕੋਈ ਮਤਲਬ ਨਹੀਂ ਤੇਰੇ ਨਾਲ ਠੀਕ ਹੈ ਪਰ ਜੇ ਸਿਰ ਤੇ ਪੱਗ ਰੱਖ ਕੇ ਗੰਦ ਪਾਇਆ ਅਸੀਂ ਥਾਣੇ 'ਚ ਖਲੋ ਕੇ ਗੱਲ ਕਹਿ ਰਹੇ ਅਸੀਂ ਅੰਦਰੋਂ ਧੂ ਲੈਣਾ ਕਿੰਨੇ ਦੇ ਲੁਕੂਗਾ ਭਾਵੇਂ ਸਾਡੇ 'ਤੇ ਪਰਚਾ ਹੋਵੇ ਜੇਲ੍ਹ ਜਾਣਾ ਪਵੇ ਬਥੇਰੇ ਜਾਣੇ ਅਸੀਂ ਇੱਕ ਜਣਾ ਚੱਲ ਜਾਵਾਂਗੇ ਜੇਲ੍ਹ 'ਚ ਕੋਈ ਫਰਕ ਨਹੀਂ ਪੈਣਾ ਪਰ ਅਸੀਂ ਅੰਦਰੋਂ ਕੱਢ ਲੈਣਾ ਜੇ ਫਿਰ ਭਾਵੇਂ ਕੁੜੀਆਂ ਚੀਕਣ ਅਤੇ ਭਾਵੇਂ ਚੀਕਣ ਬੰਦੇ ਠੀਕ ਆ ਅਸੀਂ ਵਾਰ ਵਾਰ ਇੱਕੋ ਗੱਲ ਨਹੀਂ ਕਰਦੇ ਸਾਨੂੰ ਚੰਗਾ ਨਹੀਂ ਲੱਗਦਾ ਐਸ ਐਚ ਓ ਸਾਹਿਬ ਨੇ ਇਸ ਗੱਲ ਦਾ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਸੀਂ ਸਾਨੂੰ 3 ਦਿਨ ਦਿਓ ਅਸੀਂ 3 ਦਿਨਾਂ ਦੇ ਵਿੱਚ ਕਾਰਵਾਈ ਵੀ ਕਰਾਂਗੇ ਅਤੇ ਉਹਨੂੰ ਸੱਦਾਂਗੇ ਵੀ ਅਤੇ ਪ੍ਰਸ਼ਾਸਨ ਨੂੰ ਇੱਥੇ ਬਹਾ ਕੇ ਵਿੱਚ ਮੀਟਿੰਗ ਕਰਾਈ ਜਾਊਗੀ ਤੁਹਾਡੀ ਤੁਸੀਂ ਕੀ ਚਾਹੁੰਦੇ ਆ ਅਗਲੇ ਦੀ ਗੱਲ ਸੁਣਾਂਗੇ ਦੇਖੋ ਜੇ 3 ਦਿਨਾਂ 'ਚ ਪੁਲਿਸ ਇਸ 'ਤੇ ਕਾਰਵਾਈ ਕਰਦੀ ਵੈਸੇ ਤਾਂ ਕਰੂਗੀ ਜੋ ਤੱਕ ਮੈਨੂੰ ਲੱਗਦਾ ਨਾ ਕਰੂਗੀ ਤੇ ਅਸੀਂ ਕਿਹੜਾ ਮਰ ਗਏ ਆ ਫੇਰ ਆ ਜਾਵਾਂਗੇ ਖਾਲਸਾ ਤੇ ਪ੍ਰਗਟ ਹੁੰਦਾ ਅੱਜ ਆਉਣ ਦਾ ਕੀ ਵੱਡਾ ਕਾਰਨ ਕੀ ਰਿਹਾ ਵੱਡਾ ਕਾਰਨ ਇਹੋ ਹੀ ਆ ਵੀ ਜਿਹੜਾ ਉਹ ਕਹਿੰਦਾ ਵੀ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਕਹਿੰਦਾ ਮੇਰੀਆਂ ਵੀਡੀਓ ਜੇ ਪਤਾ ਨਹੀਂ ਕਿੰਨੀਆਂ ਕੁ ਵਾਇਰਲ ਹੋਣੀਆਂ ਅਸੀਂ ਉਹ ਡਿਲੀਟ ਕਰਾਉਣੀਆਂ ਜਿਹੜੀਆਂ ਪ੍ਰਧਾਨ ਜੀ ਜਿੰਦਾ ਸਾਹਿਬ ਜੀ ਜਿਹੜੀਆਂ ਅਜੇ ਪਈਆਂ ਵਾ ਜਿਨ੍ਹਾਂ ਬਾਬਤ ਉਹ ਕਹਿ ਰਿਹਾ ਵੀ ਮੈਨੂੰ ਪਤਾ ਹੀ ਨਹੀਂ ਵੀ ਕਿੰਨੀਆਂ ਕੁ ਵਾਇਰਲ ਹੋਣੀਆਂ ਤੇ ਜੇ ਉਹ ਵਾਇਰਲ ਹੋਣਗੀਆਂ ਤੇ ਇੱਕ ਇੱਕ ਉਂਗਲ ਵੀ ਨਾਲ ਹੀ ਵਾਇਰਲ ਹੁੰਦੀ ਜਾਣੀ ਆ ਬਿਲਕੁਲ ਕਰਾਵਾਂਗੇ ਜਿਹੜੇ ਜਿਹੜੇ ਪੇਜ ਪੇਜ ਵਾਲੇ ਸਾਨੂੰ ਜਾਣਦੇ ਆ ਅਸੀਂ ਉਹਨਾਂ ਨੂੰ ਫੋਨ ਕਰ ਦੇਣਾ ਬਾਕੀ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਅਸੀਂ ਦੱਸ ਦਿੰਦੇ ਹਾਂ ਵੀ ਭਾਈ ਵੇਖ ਲਓ ਲੱਭ ਤੇ ਅਸੀਂ ਲੈਣਾ ਹੀ ਆ ਵੇਖੋ ਸਿੱਧੀ ਗੱਲ ਆ ਜਦੋਂ ਨਿਹੰਗ ਸਿੰਘ ਅਤੇ ਪੁਲਿਸ ਵਾਲੇ ਜਦੋਂ ਕਿਸੇ ਲੱਭਣ ਦੇ ਆਉਂਦੇ ਨਾ ਭਾਵੇਂ ਬੰਦਾ ਪਤਾਲ 'ਚ ਲੋਕ ਜੇ ਇਹ ਲੱਭ ਹੀ ਲੈਂਦੇ ਆ ਠੀਕ ਆ ਜੇ ਕਿਸੇ ਨਾਲ ਪਿਆਰ ਆ ਨਾ ਭਾਵੇਂ ਉਹ ਲਾਗੇ ਤੁਰਿਆ ਫਿਰੇ ਸਾਡੇ ਘਰੀ ਮੁੱਛਾਂ ਮਰੋੜੇ ਅਸੀਂ ਤਾਂ ਵੀ ਕੁੱਖ ਨਹੀਂ ਕਹਿੰਦੇ ਪਰ ਜਦੋਂ ਸਾਡੇ ਸਿਰ ਚੜ੍ਹਨ ਲੱਗਦਾ ਭਾਈ ਸਾਨੂੰ ਲਾਉਣਾ ਵੀ ਆਉਂਦਾ ਅੱਛਾ ਦੁਕਾਨ ਦੇ ਅੰਦਰ ਗਏ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕੀ ਰਿਐਕਸ਼ਨ ਰਿਹਾ ਉਹ ਰਿਐਕਸ਼ਨ ਉਹਨਾਂ ਦਾ ਇਹੀ ਵੀ ਵੇਖੋ ਉਹ ਆਪਣੇ ਆਪ ਨੂੰ ਸੱਚੇ ਸਾਬਤ ਕਰ ਰਹੇ ਉਹ ਕਹਿੰਦੇ ਤੁਸੀਂ ਆਪਣੇ ਵੇਖੋ ਦੇਖੋ ਜੇ ਤੁਸੀਂ ਸਿੱਖਾਂ ਦੇ ਘਰਾਂ ਜੰਮੇ ਆ ਸਿਰਾਂ 'ਤੇ ਪੱਗਾਂ ਬੰਨੀਆਂ ਤਾਂ ਫਿਰ ਤੁਸੀਂ ਸਿਖਾਰਿਆਂ ਦਾ ਹਿੱਸਾ ਹੀ ਆ ਤੁਸੀਂ ਕਿਹੜਾ ਨਹੀਂ ਹਿੱਸਾ ਫਿਰ ਤੁਸੀਂ ਸਾਨੂੰ ਕਿਉਂ ਬਦਨਾਮ ਕਰਦੇ ਆ ਸਾਡਾ ਕੀ ਕਸੂਰ ਆ ਅਸੀਂ ਵੀ ਲੋਕਾਂ ਸਿਰ ਸਮਾਜ ਦੇ ਸਿੱਖ ਉੱਚੇ ਰੁੱਚਾ ਕਰਕੇ ਤੁਰਨਾ ਅਸੀਂ ਲੋਕਾਂ ਨੂੰ ਕੀ ਦੱਸੀਏ ਵੀ ਆ ਸਾਡੇ ਭੈਣ ਭਰਾ ਜਿਹੜੇ ਨੰਗੇ ਹੋ ਕੇ ਨੱਚਣ ਡਿਆ ਸਾਨੂੰ ਸ਼ਰਮ ਆਉਂਦੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹਦੀ ਭੈਣ ਵੀ ਇੰਨਾ ਮਤਲਬ ਬਸ ਸਲੂਕੀ ਕਰਦੀ ਪਈ ਉਹ ਕਹਿੰਦੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਨਿਹੰਗ ਸਿੰਘਾਂ ਦੀ ਬੋਲੀ ਖਰੜੀ ਹੁੰਦੀ ਆ ਅਸੀਂ ਮਾਝੇ ਵਾਲੇ ਹਾਂ ਅਤੇ ਮਾਝੇ ਵਾਲੇ ਦੀ ਬੋਲੀ ਵੈਸੇ ਜਿਹੜੀ ਉਹ ਖੜਕ ਵੀ ਹੁੰਦੀ ਹੈ ਕਰਕੇ ਅਗਲੇ ਬੰਦੇ ਨੂੰ ਲੱਗਦਾ ਵੀ ਸ਼ਾਇਰ ਸਾਨੂੰ ਮੰਦਾ ਚੰਗਾ ਬੋਲਦੇ ਆ ਇਹ ਸਾਡੀ ਆਵਾਜ਼ ਹੀ ਇੱਦਾਂ ਦੀ ਹੈ ਜੇ ਆਵਾਜ਼ ਨਾ ਇੱਦਾਂ ਦੀ ਹੁੰਦੀ ਨਾ ਤੇ ਸਮੇਂ ਦੇ ਵੱਡੇ ਵੱਡੇ ਹਾਕਮ ਧੱਕੇ ਹੀ ਨਹੀਂ ਜਾਣੇ ਫਿਰ ਮੇਰਾ ਵੀ ਇਹ ਸਵਾਲ ਹੋਵੇ ਜੀ ਇਹਦੇ ਫੋਨ ਤੇ ਗੱਲਬਾਤ ਕੀਤੀ ਫੋਨ ਨਹੀਂ ਚੱਕਦਾ ਹੁਣ ਤੁਸੀਂ ਦੁਕਾਨ ਤੇ ਕਿੱਥੇ ਨਹੀਂ ਵੇਖੋ ਮੈਂ ਮੇਰੇ ਨਾਲ ਫੋਨ ਤੇ ਦੀ ਗੱਲ ਨਹੀਂ ਹੋਈ ਨਾ ਉਹਦਾ ਨੰਬਰ ਹੀ ਮੇਰੇ ਕੋ ਆਇਆ ਮੈਂ ਸਵੇਰ ਦੀ ਤਕਰੀਬਨ 8:30 ਵਜੇ ਦੀ ਇੱਕ ਵੀਡੀਓ ਜਾਰੀ ਕੀਤੀ ਸੀ ਬਾਅਦ ਵਿੱਚ ਜਿੰਦਾ ਸਾਹਿਬ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਜਲੰਧਰ ਆ ਰਿਹਾ ਮੈਨੂੰ ਤਾਂ ਐਡਰੈਸ ਦਿਓ ਮੈਨੂੰ ਨਹੀਂ ਪਤਾ ਮੈਂ ਉਹਦੇ 'ਤੇ ਇਹ ਬੋਲਿਆ ਵੀਡੀਓ ਅਜੇ ਵੀ ਪਈ ਉੱਤੇ ਇੰਸਟਾਗ੍ਰਾਮ ਦੇ ਉੱਤੇ ਆਫੀਸ਼ੀਅਲ ਮਾਨ ਸਿੰਘ ਕਾਲੀ ਉਹਦੇ 'ਤੇ ਮੈਂ ਇਹ ਗੱਲ ਕਹੀ ਸੀ ਵੀ ਭਾਈ ਜੇ ਕਿਸੇ ਭੈਣ ਭਰਾ ਕੋਈ ਇਹਨਾਂ ਦਾ ਨੰਬਰ ਹੈਗਾ ਉਹ ਨੰਬਰ ਮੈਨੂੰ ਦੇ ਦਿਓ ਮੈਨੂੰ ਜਾਣਾ ਨਾ ਪਵੇ ਠੀਕ ਹੈ ਕੋਈ
ਇਹ ਬਾਣਾ ਜਦੋਂ ਧਾਰਨ ਕਰੀਦਾ ਨਾ ਅਸਲ ਵਿੱਚ ਉਦੋਂ ਹੀ ਘਰ ਤੋਂ ਤਿਆਗਿਆ ਜਾਂਦਾ ਬੰਦਾ ਇਹ ਪੰਥ ਦਾ ਆ ਜਾਂਦਾ ਵਾ ਅਤੇ ਜੇ ਪੰਥ 'ਚ ਰਹਿ ਕੇ ਆਪਾਂ ਆਪਣੀ ਨਸਲ ਨੂੰ ਸੁਧਾਰ ਨਹੀਂ ਸਕਦੇ ਤਾਂ ਫਿਰ ਆਪਾਂ ਕਦੇ ਨਿਹੰਗ ਸਿੰਘ ਨਿਹੰਗ ਸਿੰਘ ਨਿਸ਼ਕਾਮ ਸੇਵਾਦਾਰ ਹੁੰਦੇ ਆ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਦਾ ਤਤਪਰ ਰਹਿੰਦੇ ਆ ਸੁਨੇਹਾ ਵੇਖੋ ਜਿੰਦਾ ਸਾਹਿਬ ਨੇ ਵੀ ਉੱਥੇ ਦੱਸ ਦਿੱਤਾ ਅਸੀਂ ਵੀ ਦੱਸ ਦਿੰਦੇ ਹਾਂ ਜੇ ਪੁਲਿਸ ਪ੍ਰਸ਼ਾਸਨ ਕਰੂਗੀ ਕੋਈ ਠੀਕ ਆ ਨਾ ਕਰੂਗੀ ਤਾਂ ਫਿਰ ਮਾਨ ਸਿੰਘ ਕਾਲੀ ਤਾਂ ਪ੍ਰਗਟ ਹੋ ਹੀ ਜਾਂਦਾ ਕਿਉਂਕਿ ਮੇਰਾ ਤਾਂ ਰਿਕਾਰਡ ਬੋਲਦਾ ਮੈਂ ਜਿਹਦੇ ਨਾਲ ਵਚਨ ਕੀਤਾ ਫਿਰ ਮੈਂ ਉੱਥੇ ਪਹੁੰਚਿਆ ਹੀ ਹਾਂ ਠੀਕ ਆ ਵੀ ਜਿਹੜਾ ਪਿਆਰ ਨਾ ਆਉਂਦਾ ਉਹਨੂੰ ਸਤਿਕਾਰ ਦਿੰਦੇ ਹਾਂ ਅਤੇ ਜਿਹੜਾ ਹੰਕਾਰ ਨਾ ਆਉਂਦਾ ਸਾਡੇ ਲੋਕ ਭਾਵੇਂ ਜ਼ਿਲ੍ਹੇ ਦੀ ਪੁਲਿਸ ਲਾ ਲਏ ਫਿਰ ਜੇ ਕੁੱਟਣ ਦੇ ਆਏ ਤਾਂ ਫਿਰ ਅਸੀਂ ਕੁੱਟ ਹੀ ਦੇਣਾ ਅੱਛਾ ਪਹਿਲਾਂ ਵੀ ਉਹਨਾਂ ਦੇ ਦੁਕਾਨ ਦੇ ਵਿੱਚ ਜਿਹੜਾ ਹੈਗਾ ਉਹ ਨਿਹੰਗ ਸਿੰਘ ਆਏ ਉਹ ਬਾਈ ਵੇਖ ਮੈਂ ਤੇਰੇ ਸੁਣ ਤੇਰੀ ਗੱਲ ਸੁਣ ਉਹ ਕਹਿੰਦੇ ਨੇ ਕਿ ਬਈ ਪਹਿਲਾਂ ਆਏ ਸੀਗੇ ਉਹਨਾਂ ਨੇ ਪੈਸੇ ਮੰਗੇ ਉਸ ਤੋਂ ਬਾਅਦ ਉਸਨੇ ਵੀਡੀਓ ਵੀ ਬਾਈ ਵੇਖੋ ਜਿੱਦਣ ਨਾ ਮੇਰੀ ਇੱਕ ਵਜਨ ਸੁਣੋ ਮੇਰਾ ਇੱਕ ਵੀ ਕੋਈ ਚੀਜ਼ ਕਿਸੇ ਦੇ ਕੋਲੋਂ ਪਰੂਫ ਦੇ ਦਿਓ ਇੱਕ ਬੰਦੇ ਕੋਲ ਮੈਂ ਜਿੰਨੇ ਕੰਮ ਕੱਢਿਆ ਇੱਕ ਬੰਦਾ ਕਹਿ ਦੇ ਵੀ ਇੱਕ ਰੁਪਈਆ ਲਿਆ ਮੈਂ ਇੱਕ ਲੱਖ ਦਊਂਗਾ ਠੀਕ ਆ ਮੈਂ ਨਾ ਇੱਕ ਰੁਪਈਆ ਕਿਸੇ ਕੋਲ ਲਿਆ ਅਤੇ ਨਾ ਮੈਂ ਲੈਣਾ ਉਹਨੂੰ ਬਦਬਖਤ ਨੂੰ ਇਹ ਗੱਲ ਦੱਸਦੀ ਵੀ ਮੈਨੂੰ ਮਾਨ ਸਿੰਘ ਕਾਲੀ ਕਹਿੰਦੇ ਆ ਪੰਥ ਬੁੱਢਾ ਦਲ ਜਿਹੜਾ ਪੰਥ ਪਾਤਸ਼ਾਹ ਜਿਹਨਾਂ ਨੂੰ ਆਖਿਆ ਜਾਂਦਾ ਅਸੀਂ ਉਹਨਾਂ ਦੇ ਵਾਰਸ ਹਾਂ ਠੀਕ ਆ ਅਤੇ ਨਿਹੰਗ ਸਿੰਘ ਰਾਜੇ ਹੁੰਦੇ ਨਿਹੰਗ ਸਿੰਘ ਮੰਗਤੇ ਨਹੀਂ ਹੁੰਦੇ ਜਿਹੜੇ ਮੰਗਦੇ ਉਹ ਨੰਗ ਸਿੰਘ ਹੁੰਦੇ ਨਿਹੰਗ ਸਿੰਘ ਨਹੀਂ ਹੁੰਦੇ ਠੀਕ ਆ ਅਸੀਂ ਅਸੀਂ ਪੈਸੇ ਨਹੀਂ ਮੰਗਦੇ ਅਸੀਂ ਇਹ ਗੱਲ ਕਹਿੰਦੇ ਅਸੀਂ ਧੱਕਾ ਨਹੀਂ ਕਰ ਦੇਣਾ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਤੋਂ ਵੱਧ ਅੱਜ ਇਹ ਲੋਕ ਜਿਹੜਾ ਆਹ ਕੰਮ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾ ਰਹੇ ਆ ਉਹਨਾਂ ਨਸ਼ੇ ਨਾਲ ਬਰਬਾਦ ਨਹੀਂ ਹੋ ਰਹੀ ਜਵਾਨੀ ਤੁਹਾਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਇਹਨਾਂ ਨਸਲਾਂ ਪੈਦਾ ਕਰਨ ਜੋਗੇ ਰਹਿਣਾ ਹੀ ਨਹੀਂ ਸਮੇਂ ਤੋਂ ਪਹਿਲਾਂ ਜਿਹੜੇ ਬੂਟੇ ਨੂੰ ਜ਼ਿਆਦਾ ਖਾਦ ਪੈ ਜੂਗੀ ਉਹਨੇ ਤਾਂ ਸੜ ਜਾਣਾ ਖਾਦ ਵੀ ਸਮੇਂ ਨਾਲ ਪਵੇ ਨਾ ਅਤੇ ਫਿਰ ਹੀ ਉਹ ਫੁੱਲ ਬੂਟਾ ਵਾਧਾ ਫੁੱਲਦਾ ਵਾ ਅਤੇ ਜਦੋਂ ਉਹਨੂੰ ਜ਼ਿਆਦਾ ਖਾਦ ਪੈਣ ਲੱਗ ਪਏ ਉਹ ਸੜ ਵੀ ਜਾਂਦਾ ਅੱਜ ਆਪਣੇ ਬੱਚਿਆਂ ਨੂੰ ਆਪਾਂ ਖਤਮ ਕਰਦੇ ਪਏ ਹਾਂ ਭਾਵੇਂ ਹਿੰਦੂ ਭਰਾ ਹੋਵੇ ਭਾਵੇਂ ਮੁਸਲਮਾਨ ਹੋਵੇ ਭਾਵੇਂ ਇਸਾਈ ਹੋਵੇ ਉਹ ਸਾਰਿਆਂ ਦਾ ਫਰਜ਼ ਬਣਦਾ ਵੀ ਇਸ ਚੀਜ਼ ਦੀ ਰੋਕਥਾਮ ਵਾਸਤੇ ਤਤਪਰ ਆਵੇ ਅੱਛਾ ਹੁਣ ਆਖਰ ਦੇ ਵਿੱਚ ਗੱਲ ਕਿੱਥੇ ਮੁੱਕਦੀ ਹੈ ਕੀ ਤੁਸੀਂ ਚਾਹੁੰਦੇ ਹੈਗੇ ਹੋ ਅਸੀਂ ਇਹੋ ਚਾਹੁੰਦੇ ਆ ਬੰਦੇ ਦਾ ਪੁੱਤ ਬਣ ਜਾਏ ਨਹੀਂ ਤਾਂ ਫਿਰ ਸਾਨੂੰ ਪੜਾਉਣਾ ਆਉਂਦਾ ਠੀਕ ਆ ਅਸੀਂ ਔਰ ਕੋ ਥਾਣੇ 'ਚ ਕਰਕੇ ਗੱਲ ਕਹਿਣ ਡਿਆ ਵੀ ਜੇ ਤਾਂ ਇੱਥੇ ਬਹਿ ਕੇ ਸਾਡੇ ਨਾਲ ਥਾਣੇ 'ਚ ਹੀ ਬਹਿ ਜੇ ਆ ਕੇ ਮੀਟਿੰਗ ਕਰ ਲਏ ਸਾਡੇ ਨਾਲ ਬਹਿ ਕੇ ਰਾਬਤਾ ਕਰ ਲੂਗਾ ਚੰਗੀ ਗੱਲ ਆ ਅਸੀਂ ਕਿਸੇ ਨੂੰ ਕੁੱਟ ਮਾਰ ਕੇ ਕੋਈ ਫੇਮ ਨਹੀਂ ਖੱਟਣੀ ਠੀਕ ਆ ਜਿੰਨਾ ਜੇਲ੍ਹਾਂ ਵੇਲੀਆਂ ਸੀ ਇਸ ਸਟਾਫ ਵੇਖ ਲਏ ਉਹਨਾਂ ਨੇ ਫੇਮ ਕੀ ਖੱਟਣਾ ਠੀਕ ਆ ਜਿਨ੍ਹਾਂ ਦੇ ਵੱਡ ਵਡੇਰੇ ਜੇਲ੍ਹਾਂ ਕੱਟ ਗਈਆਂ ਹੋਣ ਜਾਂ ਕੁਰਬਾਨੀਆਂ ਦਿੱਤੀਆਂ ਹੋਣ ਨਾ ਉਹ ਉਹਨਾਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਵਚਨਬੱਧ ਹੁੰਦੇ ਆ ਉਹ ਅਸੀਂ ਵਚਨਬੱਧ ਹਾਂ ਅਸੀਂ ਆਪਣੇ ਵਚਨ 'ਤੇ ਸਾਨੂੰ ਅਰੋੜਾ ਖਰੀਦ ਕੇ ਵਿਖਾਵੇ ਭਾਵੇਂ ਆਪਣਾ ਸਾਰਾ ਪਲਾਂਟ ਲਾ ਦੇਵੇ ਜੋ ਵੀ ਉਹਦੇ ਕੋਲ ਹੈਗਾ ਸਾਰਾ ਕੋਈ ਲਾ ਕੇ ਦਾਅ 'ਤੇ ਕਹੇ ਮਾਨ ਖਰੀਦ ਲਵੇ ਦੁਨੀਆਂ 'ਚ ਕੋਈ ਪੈਦਾ ਨਹੀਂ ਹੋਇਆ ਜਿਹੜਾ ਮੈਨੂੰ ਖਰੀਦ ਲਊਗਾ ਮੈਂ ਸਿਰ ਪਿਆਰ ਨਾਲ ਖਰੀਦਿਆ ਜਾਂਦਾ ਮਾਇਆ ਨਾਲ ਨਹੀਂ ਖਰੀਦਿਆ ਜਾਂਦਾ ਅਤੇ ਪਿਆਰ ਨਾਲ ਮੈਨੂੰ ਜਿਹੜਾ ਵੀ ਆਵਾਜ਼ ਮਾਰੂਗਾ ਭਾਵੇਂ ਹਿੰਦੂ ਭਰਾ ਹੋਵੇ ਭਾਵੇਂ ਮੁਸਲਮਾਨ ਹੋਵੇ ਭਾਵੇਂ ਇਸਾਈ ਹੋਵੇ ਮੈਂ ਉਹਦੇ ਨਾਲ ਤਤਪਰ ਖੜਦਾ ਵਾਂ ਮੇਰਾ ਰਿਕਾਰਡ ਬੋਲਦਾ ਠੀਕ ਆ ਜੀ ਬਸ ਇੰਨਾ ਹੀ ਕਹਿਣਾ ਸੁਨੇਹਾ ਲਾ ਦਿਓ ਬੰਦੇ ਦਾ ਪੁੱਤ ਬਣ ਜੇ ਸਾਡੇ ਨਾਲ ਰਾਬਤਾ ਕਰ ਲਏ